बहुत बहुत जाते थे आप ऐसे मेले वेले में देखने? हाँ बिल्कुल जाते थे। हाँ बिल्कुल, बारी नहीं आती थी कई बार तो देखने की। मढ़ाली मेला लगता हुंदा सी, गुरदास मान साहब आउंदे हुंदे सी शरीफ राइट, है ना जी। ਤੇ ਉਹ ਕੰਧਾਂ ਇੰਨੀਆਂ ਉੱਚੀ ਉੱਚੀ ਸਾਡੀ ਤਾਂ ਚੜ੍ਹੇ ਨਹੀਂ ਹੁੰਦਾ, ਨਿੱਕੇ ਨਿਆਣੇ ਹੁੰਦੇ ਸੀ, ਬਾਹਰੋਂ ਖੜੇ ਸੁਣੀ ਜਾਂਦੇ ਕੀ ਗੱਲ ਬੋਲ। ਤੇ ਕਦੇ ਸੋਚਿਆ ਸੀ ਅਸੀਂ ਵੀ ਅੰਦਰ ਜਾਵਾਂਗੇ, ਪਰ ਪਤਾ ਨਹੀਂ ਸੀ। ਚਲੋ ਮਹਾਰਾਜ ਦੀ ਕਿਰਪਾ, ਦੇਖੋ ਅੱਜ ਨੰਨੇ ਸ਼ੁਕਰ ਕੀ ਬਾਤ ਹੈ। ਜੇ ਤੁਸੀਂ ਨਹੀਂ ਮੰਨਦੇ ਕਿਸੇ ਧਰਮ ਨੂੰ, ਕਿਸੇ ਗੁਰੂ ਨੂੰ, ਕਿਸੇ ਪੀਰ ਨੂੰ, ਤਾਂ ਅਲੱਗ ਗੱਲ ਆ, ਪਰ ਕਿਸੇ ਬਾਰੇ ਮਾੜਾ ਨਾ ਬੋਲੋ। ਇਹਦੀ ਮਿਸਾਲ ਬਾਈ ਦਲਜੀਤ ਦੁਸਾਂਝ, ਜਿੱਥੇ ਕਈ ਕਲਾਕਾਰ ਦਰਬਾਰਾਂ ਨੂੰ, ਪੀਰਾਂ ਫਕੀਰਾਂ ਨੂੰ ਮਾੜਾ ਬੋਲ ਰਹੇ ਨੇ, ਉੱਥੇ ਹੀ ਬਾਈ ਦਲਜੀਤ ਦੁਸਾਂਝ ਨੇ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਰੀਸੈਂਟ ਮੰਡਾਲੀ ਦਰਬਾਰ ਦੀ ਗੱਲ ਕੀਤੀ ਆ, ਮੰਡਾਲੀ ਮੇਲੇ ਦੀ ਗੱਲ ਕੀਤੀ ਆ ਕਿ ਅਸੀਂ ਛੋਟੇ ਹੁੰਦੇ ਮੰਡਾਲੀ ਮੇਲਾ ਦੇਖਣ ਜਾਂਦੇ ਰਹੇ ਹਾਂ। ਸੋ ਦਿਲੋਂ ਪਿਆਰ ਬਹੁਤ ਸਾਰਾ ਬਾਈ ਦਲਜੀਤ ਨੂੰ, ਸਾਈਂ ਜੀ ਤਰੱਕੀਆਂ ਬਖਸ਼ਣ ਬਹੁਤ ਸਾਰੀਆਂ। ਸੋ ਸਤਿਕਾਰ ਕਰਨਾ ਸਿੱਖੋ, ਨਹੀਂ ਮੰਨਦੇ ਨਾ ਮੰਨੋ, ਪਰ ਸਤਿਕਾਰ ਜ਼ਰੂਰ ਕਰੋ ਹਰ ਇੱਕ ਦਾ, ਕਿਉਂਕਿ ਕਿਸੇ ਦਾ ਕੁਛ ਨਹੀਂ ਪਤਾ ਕਿਹਨੇ ਕਦੋਂ ਕੀ ਦੇ ਦੇਣਾ। ਜੈ ਸਾਈਂ ਜੀ ਦੀ।